स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज तुहानू वीडियो जिहड़ी दिखाउणी आ पिंड जैमल वाला इहनू तहसील बाघा पुराणा पैंदी है ते जिला मोगा नेड़े दोस्तों इहदे लंगियाणा पिंड वी जिहड़ा नेड़े रहि जांदा है। अज दी वीडियो च सामने जिहड़ी तुसीं झोटी देख रहे हो बहुत सोहणी झोटी है दोस्तों ब्यूटी कंपीटीशन वाली ਇਹ ਤੁਹਾਨੂੰ ਵਿਖਾਉਣੀ ਹੈ ਕਿਉਂਕਿ ਬਾਈ ਨੇ ਇਹ ਵਿਕਾਊ ਕੀਤੀ ਹੈ। ਡਿਟੇਲ ਇਹਦੇ ਬਾਰੇ ਸਾਰੀ ਵੀਰ ਤੋਂ ਪੁੱਛਾਂਗੇ, ਵੀਡੀਓ ਨੂੰ ਐਂਡ ਤੱਕ ਦੇਖਿਓ। ਜੇ ਕੋਈ ਨਵਾਂ ਵੀਰ ਵੀਡੀਓ ਦੇਖ ਰਿਹਾ ਉਹਨੂੰ ਜ਼ਰੂਰ ਬੇਨਤੀ ਕਰੂੰਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਦਿਓ ਜੇ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਿਹੜਾ ਤੁਰੰਤ ਮਿਲ ਸਕੇ। ਆਓ ਬਾਈ ਨਾਲ ਗੱਲਬਾਤ ਕਰਦੇ ਹਾਂ ਅਤੇ ਇਹਦੀ ਡਿਟੇਲ ਸਾਰੀ ਪੁੱਛਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੀ ਵੀਰ ਆਪਦਾ? ਰਾਜਿੰਦਰ ਸਿੰਘ ਜੀ। ਰਾਜਿੰਦਰ ਸਿੰਘ? ਹਾਂਜੀ ਰਾਜਿੰਦਰ ਸਿੰਘ। ਠੀਕ ਹੈ। ਅੱਛਾ ਵੀਰ, ਪਸ਼ੂ ਪਹਿਲਾਂ ਤੋਂ ਹੀ ਰੱਖਦੇ ਹੋ ਫਿਰ ਘਰ ਦੇ ਵਿੱਚ ਕਿ ਹੁਣ ਹੀ ਰੱਖੇ ਆ? ਹਾਂਜੀ, ਪਸ਼ੂ ਪਹਿਲਾਂ ਤੋਂ ਰੱਖਦੇ ਸੀਗੇ ਕਾਫੀ, ਪਰ ਉੱਥੇ ਉਹਦੀ ਰੁਝਾਨ ਜਿਹਾ ਥੋੜਾ ਘੱਟ ਸੀਗਾ। ਠੀਕ ਹੈ। ਸ਼ੌਂਕ ਸਾਨੂੰ ਥੋੜਾ ਵੱਧ ਆ ਜਾਂਦਾ ਹੁਣ, ਸ਼ੌਂਕ ਜ਼ਿਆਦਾ ਬਣਿਆ। ਹਾਂਜੀ ਹਾਂਜੀ ਠੀਕ ਹੈ। ਅੱਛਾ ਜਿਹੜੀ ਇਹ ਝੋਟੀ ਵੇਚਣੀ ਆ ਬਈ? ਹਾਂਜੀ। ਇਹ ਆਪਣੇ ਘਰ ਦੀ ਝੋਟੀ ਆ? ਹਾਂਜੀ ਘਰ ਦੀ ਝੋਟੀ ਆਪਣੀ। ਠੀਕ ਹੈ। ਇਹਦੀ ਮਾਂ ਆਪਣੇ ਕੋਲ ਹੈਗੀ ਆ ਜਾਂ? ਨਹੀਂ ਬਾਈ, ਬਈ ਸੇਲ ਕਰਤੀ ਸੀ ਆਪਾਂ। ਉਹ ਸੇਲ ਕਰਤੀ? ਹਾਂਜੀ ਹਾਂਜੀ। ਠੀਕ ਹੈ। ਘਰ ਦੀ ਮੱਝ ਸੀ ਜਾਂ ਖਰੀਦੀ ਸੀ ਕਿਤੋਂ? ਨਹੀਂ, ਗਾਂ ਖਰੀਦੀ ਸੀ, ਕਹਿੰਦੇ ਸੀ ਵੀ ਹਿਰਾਣੇ ਦੀ ਇਹ। ਠੀਕ ਹੈ। ਗਾਂ ਉਹਦੇ ਪੇਟ ਵਿੱਚ ਮਤਲਬ ਇਹ ਝੋਟੀ ਸੀ ਜਿਹੜੇ। ਠੀਕ ਹੈ। ਆਪਾਂ ਪੰਜਾਬ ਚੋਂ ਹੀ ਖਰੀਦੀ ਸੀ ਤੇ ਉਹ ਜਿਨ੍ਹਾਂ ਤੋਂ ਲਈ ਉਹ ਦੱਸਦੇ ਵੀ ਹਰਿਆਣੇ ਚੋਂ ਆਈ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਤੇ ਉਦੋਂ ਗੱਭਣ ਸੀਗੀ? ਹਾਂਜੀ ਗੱਭਣ ਸੀਗੀ। ਕਿੰਨਾ ਕੁ ਦੁੱਧ ਸੀਗਾ ਬਈ ਉਹ ਮੱਝ ਥੱਲੇ ਘਰੇ ਆ ਕੇ? ਦੁੱਧ ਬਈ ਦੇਈ ਜਾਂਦੀ ਸੀ ਮਤਲਬ 13-14 ਇੱਥੇ 13-14 ਇੱਥੇ। ਠੀਕ ਹੈ। ਇੰਨਾ ਕੁ ਦੁੱਧ ਉਹ ਕਰਦੀ ਰਹੀ ਆਪਣੇ ਕੋਲ। ਠੀਕ ਹੈ। ਤੇ ਇਹ ਝੋਟੀ ਹੁਣ ਇਹਦਾ ਕਿੰਨਾ ਚਿਰ ਰਹਿੰਦਾ ਸੂਣ ਚ? ਇਹ ਬਈ 10 ਮਹੀਨੇ ਹੋਣ ਚ, ਹਜੇ 4 ਦਿਨ ਪਏ ਆ। 4 ਦਿਨ ਹਜੇ ਰਹਿੰਦੇ ਆ, 10 ਮਹੀਨੇ ਪੂਰੇ ਹੋਣ ਚ। ਠੀਕ ਹੈ। ਇਹਦਾ ਫਿਰ ਆਪਾਂ ਨੂੰ ਇਹ ਤਾਂ ਨਹੀਂ ਪਤਾ ਵੀ ਇਹ ਕਿਹੜੇ ਸੀਮਨ ਦੀ ਆ ਤੇ ਇਹਦੇ ਹੁਣ ਲਵਾਇਆ ਕਿਹੜਾ, ਉਹ ਪਤਾ? 86-64 ਦਾ ਲਵਾਇਆ ਬਾਈ। 86-64 ਜਿਹੜਾ HLDB ਦਾ ਬੋਲ। ਹਾਂਜੀ ਹਰਿਆਣੇ ਦਾ ਜੀ। ਠੀਕ ਹੈ। ਤੇ ਵੀਰ ਕੀ ਰੇਟ ਰੱਖਿਆ ਇਹਦਾ? ਇਹ ਬਈ ਆਪਾਂ 160 ਰੇਟ ਰੱਖੇ। 160,000। ਤੇ ਉਮਰ ਇਹਦੀ ਕਿੰਨੀ ਕਹਿ ਦੰਦੋ ਕਿਵੇਂ ਇਹ? ਉਹ 2 ਦੰਦ ਦਾ ਜੀ। 2 ਦੰਦ? ਹਾਂਜੀ। ਠੀਕ ਹੈ ਦੋਸਤੋ। 2 ਦੰਦ ਝੋਟੀ। ਇਹ ਨਹੀਂ ਪਤਾ ਵੀ ਇਹ ਕਿਹੜੇ ਸੀਮਨ ਦੀ ਹੈ ਕਿਉਂਕਿ ਮੱਝ ਬਾਈ ਕੋਲ ਗੱਭਣ ਸੀਗੀ ਜਿਹੜੀ ਇਹਨੇ ਖਰੀਦੀ ਸੀ। ਸਿੰਘ ਬਹੁਤ ਜ਼ਿਆਦਾ ਕੁੰਡਾ ਦੋਸਤੋ, ਦੇਖ ਸਕਦੇ ਹੋ ਤੁਸੀਂ। ਇਹ ਉਹ ਸਿੰਘ ਹੈ ਜਿਨ੍ਹਾਂ ਚੋਂ ਆਮ ਬਜ਼ੁਰਗ ਪਹਿਲਾਂ ਕਹਿੰਦੇ ਸੀ ਵੀ 1 ਰੁਪਈਆ ਜਿਹੜਾ ਉਹ ਵਿਚਦੀ ਸਿੰਘ ਦੇ ਲੰਘਦਾ ਨੀਗਾ। ਬਿਲਕੁਲ ਬਰੀਕ ਕੁੰਡਾ ਸਿੰਘ ਹੈ, ਕੋਈ ਬਣਾਏ ਹੋਏ ਸਿੰਘ ਨਹੀਂ ਗੇ, ਉਸੇ ਤਰ੍ਹਾਂ ਪਤਾ ਲੱਗਦਾ ਸੋਹਣਾ ਸਿੰਘ ਹੈ। ਬਾਕੀ ਦੋਸਤੋ ਤੋਰ ਕੇ ਤੁਹਾਨੂੰ ਦਿਖਾਵਾਂਗੇ। 1,60,000 ਡਿਮਾਂਡ ਹੈ। ਪਿੱਛੋਂ ਬਹੁਤ ਭਾਰੀ ਝੋਟੀ, 3 ਸਾਲ ਦੇ ਆਸ ਪਾਸ ਉਮਰ ਵੀਰ ਦੱਸਦਾ ਤੇ 2 ਦੰਦ ਦਾ ਮੂੰਹ ਦੇ ਵਿੱਚੋਂ। 86-64 ਦੋਸਤੋ ਹਰਿਆਣੇ ਵਾਲਾ ਬੁੱਲ ਜਿਹੜਾ ਉਹਦਾ ਸੀਮਨ ਲੱਗਾ, ਉਹਦੇ ਤੋਂ ਗੱਭਣ ਹੈ। ਬਹੁਤ ਵੱਡਾ ਹਵਾਨਾ ਪਹਿਲਣ ਝੋਟੀ ਨੇ ਬਣਾਉਣਾ, ਹਜੇ ਦਿਨ 4-5 ਲੈਂਦੀ ਹੈ ਕਿਉਂਕਿ ਪੁੜੇ ਹਜੇ ਨਵਾਏ ਨਹੀਂ। ਚਿਹਰਾ ਇਸੇ ਤਰ੍ਹਾਂ ਹਵਾਨਾ ਤੁਹਾਨੂੰ ਫੇਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ, ਉਦੋਂ ਬਾਅਦ ਚ ਤੋਰ ਕੇ ਦਿਖਾਵਾਂਗੇ। ਥਣ ਬਹੁਤ ਸੋਹਣਾ ਦੋਸਤੋ, ਉੱਤੋਂ ਫੁੱਲ ਮੋਟਾ, ਹਾਲਾਂਕਿ ਭਲੂਣ ਵੀ ਥੋੜ੍ਹੀ ਜੀ ਹੈਗੀ ਹੈ, ਥੱਲੇ ਨੂੰ ਤਿੱਖਾ ਹੁੰਦਾ ਹਵਾਨਾ। ਜਦੋਂ ਹੁਣ ਇਹ ਦੂਜੇ ਪਾਸੇ ਨੂੰ ਜਾਣ ਲੱਗੀ ਦੋਸਤੋ, ਉਦੋਂ ਦੇਖਿਓ ਤੁਸੀਂ, ਖੋਲ ਲਾ ਵੀਰ ਇਹਨੂੰ ਤੋਰ ਕੇ ਦਿਖਾ ਦਿਓ, ਉਧਰ ਨੂੰ ਬਾਹਰ ਨੂੰ ਕੱਢ ਲਈ ਚਿਹਰਾ ਦੋਸਤੋ। ਤੋਰ ਕੇ ਤੁਹਾਨੂੰ ਝੋਟੀ ਦਿਖਾਉਣੀ ਹੈ ਦੋਸਤੋ, ਬਹੁਤ ਸੋਹਣੀ ਝੋਟੀ ਹੈ। ਥੋੜਾ ਜਿਹਾ ਪਹਿਲਾਂ ਪਸ਼ੂ ਹੈ, ਇੱਕ ਤਾਂ ਛੋਟੀ ਉਮਰ ਹੈ, ਥੋੜਾ ਡਰਦੀ ਜ਼ਰੂਰ ਹੈ। ਬਹੁਤ ਸੋਹਣੀ ਵੀਰ ਨੇ ਸੰਭਾਲੀ ਹੈ ਤੁਹਾਨੂੰ ਇਹ ਤੋਰ ਕੇ। ਉਧਰ ਨੂੰ ਤੋਰ ਲਾ ਵੀਰੇ, ਹੋਰ ਤੋਰ ਲਾ, ਆਹ ਕਰ ਲੈਂਦੇ ਮੇਰੇ ਦੋਸਤੋ। ਜਿਹੜੇ ਵੀਰ ਨੇ ਖਰੀਦਣੀ ਹੋਈ ਆ ਕੇ ਵੀ ਉਹਨੇ ਦੇਖ ਲੈਣਾ, ਥੋੜਾ ਡਰਦੀ ਹੈ ਦੋਸਤੋ। ਕੋਸ਼ਿਸ਼ ਹੈ ਇਹਨੂੰ ਤੋਰ ਕੇ ਦਿਖਾਈਏ, ਪਰ ਥੋੜਾ ਡਰਦੀ ਉਪਰੇ ਬੰਦੇ ਕਰਕੇ ਪਸ਼ੂ ਡਰਦਾ ਰਹਿੰਦਾ। ਬਾਕੀ ਜਿਹੜਾ ਵੀ ਵੀਰ ਨੂੰ ਇਹ ਪਸੰਦ ਆਊਗੀ ਦੋਸਤੋ, ਆ ਕੇ ਦੇਖ ਲਓ। ਸੋਹਣੀ ਝੋਟੀ ਆ, ਕਮੀ ਕੋਈ ਨਹੀਂ, ਬਹੁਤ ਸੋਹਣਾ ਹਵਾਨਾ, ਬਹੁਤ ਸੋਹਣੀ ਥਾਣ ਹੈ, ਕੱਦ ਕਾਠ ਪੂਰਾ। ਬਾਕੀ ਚੌੜੀ ਝੋਟੀ ਹੈ, ਪਹਿਲਾ ਸੂਆ 2 ਦੰਦ। ਸੋ ਦੋਸਤੋ ਇਹ ਝੋਟੀ ਤੁਹਾਨੂੰ ਦਿਖਾਉਣੀ ਸੀ। ਮੇਰੇ ਖਿਆਲ 'ਚ ਬਹੁਤ ਸਾਰੇ ਵੀਰਾਂ ਨੂੰ ਇਹ ਪਸੰਦ ਆਊਗੀ ਕਿਉਂਕਿ ਚੰਗੀ ਝੋਟੀ ਹੈ, ਚੰਗੀ ਕੇਅਰ ਵੀਰ ਨੇ ਕੀਤੀ ਹੈ। ਅਤੇ ਬਾਕੀ ਅੱਗੇ ਸੀਮਨ ਵੀ ਜਿਹੜਾ ਉਹ ਸਿਲੈਕਟਡ ਹੈ, 86-64 ਦੇ ਹੁਣ ਤੱਕ ਜਿੰਨੇ ਬੱਚੇ ਦੇਖੇ ਆ ਬਹੁਤ ਚੰਗੇ ਆਏ ਆ ਨਵੇਂ ਝੋਟਿਆਂ ਚੋਂ 86-64 ਦੋਸਤੋ। ਫੇਸਬੁੱਕ 'ਤੇ ਜੇ ਕੋਈ ਵੀਰ ਐਕਟਿਵ ਆ ਤਾਂ ਉਹਨੇ ਇਹਦੇ ਬੱਚੇ ਦੇਖੇ ਹੋਣਗੇ, ਬਹੁਤ ਹੈਵੀ ਬੱਚੇ ਜਿਹੜੇ ਆਉਂਦੇ ਆ, ਕਾਲੇ ਆਉਂਦੇ ਆ। ਸੋ ਦੋਸਤੋ ਇਹ ਅੱਜ ਜਿਹੜੀ ਵੀਡੀਓ ਬਣਾਉਣੀ ਸੀ ਉਹਦੇ 'ਚ ਇੱਕ ਇਹ ਝੋਟੀ ਵਿਕਾਊ ਸੀ, ਚੰਗੀ ਤਰ੍ਹਾਂ ਦਿਖਾਤੀ ਹੈ ਤੁਹਾਨੂੰ। ਪੂਛ ਦੋਸਤੋ ਥੋੜ੍ਹੀ ਵਾਈਟ ਹੈ, ਕੋਈ ਜ਼ਿਆਦਾ ਨਹੀਂ ਗੀ। ਬਾਕੀ ਆ ਕੇ ਜ਼ਰੂਰ ਦੇਖੋ ਜਿਹੜੇ ਵੀਰ ਨੂੰ ਪਸੰਦ ਆਵੇ ਝੋਟੀ ਦੋਸਤੋ। ਰੇਟ ਤੁਹਾਨੂੰ ਇੱਥੇ ਦੇਖ ਕੇ ਸਾਹਮਣੇ ਝੋਟੀ ਦਾ ਜਾਇਜ਼ ਲੱਗੂਗਾ। ਬਾਕੀ ਖਰੀਦਣ ਵਾਲੇ ਵੀਰ ਨੂੰ ਜ਼ਰੂਰ ਹਮੇਸ਼ਾ ਬੇਨਤੀ ਕਰੀਦੀ ਹੈ, ਆਪਦੀ ਤਸੱਲੀ ਦੇ ਨਾਲ ਪਸ਼ੂ ਖਰੀਦੋ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।